ਦੋਸਤੋ, ਆਪ ਸਭ ਨੂੰ ਬਾਜਵਾ ਇਮੀਗ੍ਰੇਸ਼ਨ ਕੰਸਲਟੈਂਟਸ ਦੀ ਟੀਮ ਵੱਲੋਂ, ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ ਅਤੇ ਆਦਾਬ। ਦੋਸਤੋ, ਅੱਜ ਅਸੀਂ ਤੁਹਾਡੇ ਨਾਲ ਇੱਕ ਉਸ ਵਿਸ਼ੇ 'ਤੇ ਗੱਲ ਕਰਨ ਜਾ ਰਹੇ ਹਾਂ ਜਿਹੜਾ ਟੌਪਿਕ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ। ਉਹ ਟੌਪਿਕ ਕਿਹੜਾ ਹੈ ਜੀ? ਜਿਹੜੇ ਭੈਣ ਭਰਾਵਾਂ ਨੇ ਅਕਾਊਂਟਿੰਗ, ਇੰਜੀਨੀਅਰਿੰਗ ਜਾਂ IT ਦੀ ਸਟੱਡੀ ਕੀਤੀ ਹੋਈ ਹੈ, ਉਹਨਾਂ ਨੂੰ ਸਬ ਕਲਾਸ 189 ਕਹਿਣ ਦਾ ਭਾਵ ਹੈ ਕਿ ਇੰਡੀਪੈਂਡੈਂਟ ਸਕਿੱਲਡ ਮਾਈਗ੍ਰੇਸ਼ਨ ਦੇ ਅੰਦਰ ਇਨਵੀਟੇਸ਼ਨ ਕਿਉਂ ਨਹੀਂ ਆ ਰਿਹਾ। ਬਹੁਤ ਸਾਰੇ ਜਿਹੜੇ ਸਾਡੇ ਭੈਣ ਭਰਾ ਨੇ ਉਹ ਅਲੱਗ ਅਲੱਗ ਸਲਾਹਕਾਰਾਂ ਕੋਲ ਜਾਂਦੇ ਨੇ ਅਤੇ ਕੋਈ ਉਹਨਾਂ ਨੂੰ ਕਹਿੰਦਾ ਪ੍ਰੋਫੈਸ਼ਨਲ ਈਅਰ ਕਰ ਲਓ, ਕੋਈ ਉਹਨਾਂ ਨੂੰ ਕਹਿੰਦਾ ਨਾਟੀ ਕਰ ਲਓ, ਕੋਈ ਕਹਿ ਰਿਹਾ ਕਿ ਆਪਣੇ 8 ਬੈਂਡ ਹੀ ਚਲੋ। ਪਰ ਉਸ ਤੋਂ ਬਾਅਦ ਵੀ ਕੀ ਗਰੰਟੀ ਹੈ ਕਿ ਤੁਹਾਨੂੰ ਇਨਵੀਟੇਸ਼ਨ ਆਏਗਾ? ਕਿਤੇ ਇਹ ਤਾਂ ਨਹੀਂ ਹੋ ਰਿਹਾ ਕਿ ਤੁਸੀਂ ਆਸਟ੍ਰੇਲੀਆ ਇੱਕ ਆਪਣਾ ਫਿਊਚਰ ਬਣਾਉਣ ਵਾਸਤੇ ਆਏ, ਪਰ ਪਹਿਲਾਂ ਕਾਲਜਿਸ ਨੇ, ਯੂਨੀਵਰਸਿਟੀ ਨੇ ਤੁਹਾਡੇ ਕੋਲ ਫੀਸ ਲਈ, ਫਿਰ ਸਲਾਹਕਾਰਾਂ ਨੇ ਆਪਣੀ ਕਮਾਈ ਕੀਤੀ ਅਤੇ ਐਂਡ ਵਿੱਚ ਤੁਹਾਡੇ ਹੱਥ ਵਿੱਚ ਕੁਛ ਵੀ ਨਹੀਂ ਪਿਆ? ਮੈਨੂੰ ਇੱਥੇ ਗਾਣਾ ਯਾਦ ਆ ਗਿਆ, 1954 ਵਿੱਚ ਇੱਕ ਹਿੰਦੀ ਮੂਵੀ ਆਈ ਸੀ ਆਰ ਪਾਰ। ਉਹ ਗਾਣਾ ਇੱਦਾਂ ਸੀ ਜੀ, ਬਾਬੂ ਜੀ ਧੀਰੇ ਚੱਲਣਾ, ਪਿਆਰ ਮੇਂ ਜ਼ਰਾ ਸੰਭਲਣਾ, ਬੜੇ ਧੋਖੇ ਹੈ ਇਸ ਰਾਹ ਮੇਂ। ਅਤੇ ਜਦੋਂ ਮੈਂ ਗਾਣਾ ਸੁਣ ਰਿਹਾ ਸੀਗਾ, ਮੈਂ ਕਿਹਾ ਇੱਥੇ ਸ਼ਾਇਦ ਇੱਕ ਪਿਆਰ ਹੈ ਅਤੇ ਇੱਕ PR ਹੈ, ਦੋਨੋਂ ਸ਼ਾਇਦ ਬਹੁਤ ਲਾਗੇ ਚਾਗੇ ਨੇ। ਅਤੇ ਇੱਥੇ ਮੈਂ ਥੋੜ੍ਹਾ ਜਿਹੇ ਵਰਡਸ ਚੇਂਜ ਕੀਤੇ ਨੇ, ਸਟੂਡੈਂਟਸ ਧੀਰੇ ਚੱਲਣਾ, PR ਮੇਂ ਜ਼ਰਾ ਸੰਭਲਣਾ, ਬੜੇ ਧੋਖੇ ਹੈ ਇਸ ਰਾਹ ਮੇਂ। ਸੋ ਆਓ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰੀਏ ਕਿ ਕੀ ਧੋਖੇ ਨੇ, ਕਿਉਂਕਿ ਜਦ ਤੱਕ ਤੁਹਾਡੇ ਕੋਲ ਡਾਟਾ ਜਾਂ ਅੱਖਾਂ ਨਾਲ ਤੁਸੀਂ ਦੇਖ ਨਹੀਂ ਲੈਂਦੇ, ਕੰਨਾਂ ਨਾਲ ਤੁਸੀਂ ਸੁਣ ਨਹੀਂ ਲੈਂਦੇ, ਤੁਹਾਨੂੰ ਵਿਸ਼ਵਾਸ ਨਹੀਂ ਹੋਏਗਾ ਕਿ ਜਿਹੜਾ ਵੀ ਤੁਹਾਨੂੰ ਸਲਾਹਕਾਰ ਸਲਾਹ ਦੇ ਰਿਹਾ ਹੈ ਉਹਦੇ 'ਚ ਕਿੰਨਾ ਸੱਚ ਹੈ ਜਾਂ ਕਿੰਨਾ ਝੂਠ ਹੈ। ਸੋ ਅੱਜ ਦਾ ਟੌਪਿਕ ਤੁਹਾਡੀ ਸਕਰੀਨ 'ਤੇ ਹੈ ਕਿ ਸਬ ਕਲਾਸ 189 ਦੇ ਅੰਦਰ ਕਿਉਂ ਇਨਵੀਟੇਸ਼ਨ ਨਹੀਂ ਆ ਰਹੇ, ਕਿਉਂ ਪੁਆਇੰਟਸ ਉੱਪਰ ਜਾਈ ਜਾ ਰਹੇ ਨੇ, ਔਰ ਕਿਉਂ ਨਹੀਂ ਤੁਹਾਨੂੰ ਸਭ ਕੁਛ ਕਰਨ ਤੋਂ ਬਾਅਦ ਵੀ PR ਨਹੀਂ ਮਿਲ ਰਹੀ। ਸੋ ਆਓ ਸਮਝਾਈਏ। ਸਭ ਤੋਂ ਪਹਿਲਾਂ ਤੁਹਾਡੀ ਸਕਰੀਨ 'ਤੇ ਜੋ 23 May 2018 ਤੇ ਇਨਵੀਟੇਸ਼ਨ ਆਏ ਨੇ ਉਹਦੇ ਪੁਆਇੰਟਸ ਬਾਰੇ ਜਾਣਕਾਰੀ ਦਿੱਤੀ ਹੋਈ ਹੈ। ਤੁਹਾਡੇ ਕੋਲ ਵੈਸੇ ਜਾਣਕਾਰੀ ਹੋਏਗੀ, ਪਰ ਕਿਉਂਕਿ ਮੈਂ ਤੁਹਾਨੂੰ ਸਟੈਪ ਬਾਏ ਸਟੈਪ ਸਮਝਾਉਣਾ ਅਤੇ ਇਹ ਜਿਹੜੀ ਤੁਹਾਡੀ ਸਕਰੀਨ 'ਤੇ ਜਾਣਕਾਰੀ ਹੈ ਦੇਣੀ ਜ਼ਰੂਰੀ ਸੀਗੀ। ਇੱਥੇ ਤੁਸੀਂ ਦੇਖ ਸਕਦੇ ਹੋ ਕਿ ਅਕਾਊਂਟੈਂਟਸ 80 ਪੁਆਇੰਟ ਇਨਵੀਟੇਸ਼ਨ ਆ ਰਿਹਾ ਜੀ, ਬਾਕੀ ਇੰਜੀਨੀਅਰਿੰਗ ਜਾਂ ਜਿਹੜੇ IT ਵਾਲੇ ਆ 75 'ਤੇ ਨੇ, ਤੁਸੀਂ ਸਕਰੀਨ 'ਤੇ ਦੇਖ ਸਕਦੇ ਹੋ। ਹੁਣ ਜਿਹੜੀ ਅਗਲੀ ਸਕਰੀਨ ਜਿਹੜੀ ਆ ਤੁਹਾਡੇ ਸਾਹਮਣੇ ਆਈ ਹੈ ਸਲਾਈਡ, ਇਹਦੇ ਵਿੱਚ ਕੀ ਹੈਗਾ ਕਿ ਸਕਿੱਲਡ ਇੰਡੀਪੈਂਡੈਂਟ, ਇਹ ਥੋੜ੍ਹਾ ਵਰਡ ਧਿਆਨ ਨਾਲ ਸੁਣਿਓ ਜੀ ਪਲੀਜ਼, ਸਕਿੱਲਡ ਇੰਡੀਪੈਂਡੈਂਟ ਸਬ ਕਲਾਸ 189। 3 ਸਬ ਕਲਾਸਾਂ 'ਚ ਅੱਜ ਕੱਲ੍ਹ PR ਮਿਲ ਰਹੀ ਹੈ, 489, 190 ਅਤੇ 189। 189 ਦੇ ਵਿੱਚ ਜੋ ਤੁਸੀਂ ਸੁਣਦੇ ਹੋ ਪੁਆਇੰਟ ਵੱਧ ਗਏ, ਸੋ 189 ਦੀ ਗੱਲ ਹੁੰਦੀ ਹੈ। ਸੋ ਇੱਥੇ ਤੁਸੀਂ ਦੇਖੋਗੇ ਈਅਰ 17-18 ਜਿਹੜਾ ਕਰੰਟ ਫਾਈਨੈਂਸ਼ੀਅਲ ਈਅਰ ਚੱਲ ਰਿਹਾ, ਜਿਹੜਾ ਕਿ ਜੂਨ ਦੇ ਐਂਡ ਵਿੱਚ ਖਤਮ ਹੋ ਜਾਣਾ ਅਤੇ 1 July ਨੂੰ ਫਾਈਨੈਂਸ਼ੀਅਲ ਈਅਰ 18 ਅਤੇ 19 ਸ਼ੁਰੂ ਹੋ ਜਾਣਾ, ਪਰ ਆਪਾਂ ਗੱਲ ਕਰ ਰਹੇ ਹਾਂ ਕਰੰਟ ਫਾਈਨੈਂਸ਼ੀਅਲ ਈਅਰ ਜਿਹੜਾ ਚੱਲ ਰਿਹਾ 17-18। ਤੁਸੀਂ ਕਰਸਲ ਦੇ ਨਾਲ ਜਿੱਥੇ ਮੈਂ ਘੁਮਾ ਰਿਹਾ ਤੁਸੀਂ ਦੇਖ ਸਕਦੇ ਹੋ। ਸੋ ਸਬ ਕਲਾਸ 189 ਦੇ ਅੰਦਰ ਕੀ ਹੈਗਾ, ਜੁਲਾਈ, ਔਗਸਤ, ਸਪਟੈਂਬਰ, ਅਕਤੂਬਰ ਤੱਕ ਜਿਹੜੀਆਂ ਸੀਟਸ ਸੀਗੀਆਂ ਉਹ ਇੱਥੇ 2000, 3500, 2500 ਤੱਕ ਰਿਲੀਜ਼ ਹੋ ਰਹੀਆਂ ਸੀਗੀਆਂ। ਫਿਰ ਕੀ ਟ੍ਰਬਲ ਆਈ, ਨਵੰਬਰ ਵਿੱਚ ਇਹ ਸੀਟਾਂ ਘੱਟ ਕੇ ਹੋ ਗਈਆਂ ਜੀ 1400-1400। ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਦਸੰਬਰ, ਜਨਵਰੀ, ਫੈਬਰਰੀ, ਮਾਰਚ, ਅਪ੍ਰੈਲ, ਮਈ ਤੱਕ ਸੀਟਾਂ ਹੁਣ ਹਰ ਮਹੀਨੇ ਸਿਰਫ 600-600 ਰਿਲੀਜ਼ ਕਰ ਰਹੇ ਨੇ। ਸੋ ਹਜੇ ਤੱਕ ਸਿਰਫ 189 ਦੇ ਅੰਦਰ 15,000 ਲੋਕ PR ਹੋਏ ਨੇ, ਜਿਨ੍ਹਾਂ ਵਿੱਚ ਆਸਟ੍ਰੇਲੀਆ 'ਚ ਬੈਠੇ ਸਟੂਡੈਂਟਸ ਵੀ ਨੇ ਅਤੇ ਸਾਰੀ ਦੁਨੀਆ ਤੋਂ ਉਹ ਵੀ ਐਪਲੀਕੈਂਟਸ ਨੇ ਜਿਨ੍ਹਾਂ ਨੇ ਬਾਹਰਲੀ ਕੰਟਰੀਆਂ ਤੋਂ ਅਪਲਾਈ ਕੀਤੀ PR,
ਜਿਨ੍ਹਾਂ ਨੇ ਆਸਟ੍ਰੇਲੀਅਨ ਸਟੱਡੀ ਨਹੀਂ ਕੀਤੀ ਸੀ। ਸੋ ਇਹ ਜਾਣਕਾਰੀ ਤੁਹਾਨੂੰ ਮਿਲੀ ਹੈ ਹੁਣ ਕਿ ਦਸੰਬਰ, ਜਨਵਰੀ, ਫੈਬਰਰੀ, ਮਾਰਚ, ਅਪ੍ਰੈਲ ਵਿੱਚ ਸੀਟਸ ਘੱਟ ਗਈਆਂ। ਸੋ ਹਜੇ ਤੱਕ ਸਿਰਫ 15,000 ਲੋਕਾਂ ਨੂੰ PR ਮਿਲੀ ਹੈ ਜੀ। ਇੱਥੇ ਰੀਜਨਲ ਹੈ, ਰੀਜਨਲ ਮਤਲਬ ਜਿਹੜੇ ਸਾਡੇ ਭੈਣ ਭਰਾ ਨੇ, ਕਜ਼ਨਸ ਜਾਂ ਬ੍ਰਦਰ ਸਿਸਟਰਸ, ਜਿਹੜਾ ਕੁਸ਼ਚਨ ਹੁੰਦਾ ਜੀ ਸਾਨੂੰ ਸਾਡੇ ਭਰਾ ਦੇ ਜਾਂ ਸਿਸਟਰਸ ਦੇ ਜਾਂ ਰਿਲੇਟਿਵ ਦੇ ਬਲੱਡ ਰਿਲੇਸ਼ਨ ਦੇ ਪੁਆਇੰਟ ਮਿਲੂਗੇ। ਇੱਥੇ ਤੁਸੀਂ ਦੇਖਿਆ ਕਿ ਪਹਿਲਾਂ ਸੀਟਾਂ ਸੀਗੀਆਂ 210 ਹਰ ਮਹੀਨੇ ਰਿਲੀਜ਼ ਕਰਦੇ ਸੀਗੇ, ਫਿਰ ਉਹ ਘੱਟਦੀਆਂ, ਹੁਣ ਸਿਰਫ ਰਹਿ ਗਈਆਂ 10। ਸੋ ਜੇ ਤੁਸੀਂ ਪੁਆਇੰਟ ਦੇ ਹੱਕਦਾਰ ਵੀ ਹੋਏਗੇ ਹੋ ਤਾਂ ਤੁਹਾਨੂੰ ਉਹ ਪੁਆਇੰਟ ਮਿਲਣ ਦੇ ਚਾਂਸਿਸ ਬਹੁਤ ਲੋ ਆ, ਕਿਉਂਕਿ ਨੰਬਰ ਆਫ ਜਿਹੜੀਆਂ ਸੀਟਸ ਆ ਉਹ ਰਿਲੀਜ਼ ਸਿਰਫ ਕਿੰਨੀਆਂ ਹੋ ਰਹੀਆਂ ਜੀ, 10। ਸੋ ਤੁਸੀਂ ਦੇਖ ਸਕਦੇ ਹੋ ਜਦੋਂ ਹੁਣ ਡਿਮਾਂਡ ਹੈਗੀ ਆ ਪਰ ਸਪਲਾਈ ਨਹੀਂ ਹੈਗੀ, ਤੁਸੀਂ ਕੀ ਕਰੋਗੇ? ਸੋ ਤੁਸੀਂ ਸਿਰਫ EOI ਪਾ ਕੇ ਬੈਠੇ ਰਹੋਗੇ। ਔਰ ਮੇਰੇ ਹਿਸਾਬ ਨਾਲ ਇਹ ਜੋ ਕਰੰਟ ਸੀਨ ਇਸ ਟਾਈਮ ਡਾਟਾ ਮੇਰੇ ਸਾਹਮਣੇ ਹੈ, ਤੁਹਾਨੂੰ ਕਦੇ ਵੀ ਇਨਵੀਟੇਸ਼ਨ ਆਉਣ ਦੀ ਉਮੀਦ ਨਹੀਂ ਹੈਗੀ। ਸੋ ਹੁਣ ਅੱਗੇ ਆਓ, ਤੁਹਾਨੂੰ ਮੈਂ ਅਗਲੀ ਇਨਫੋਰਮੇਸ਼ਨ ਦਿੰਦਾ। ਹੁਣ ਲਾਸਟ ਈਅਰ ਬਹੁਤ ਲੋਕ ਸੌਖੇ ਤਰੀਕੇ ਨਾਲ PR ਹੋ ਜਾਂਦੇ ਸੀਗੇ, ਲੋਕਾਂ ਨੂੰ 665, 70 ਜਾਂ 60 'ਤੇ ਇਨਵੀਟੇਸ਼ਨ ਆ ਜਾਂਦੇ ਸੀਗੇ। ਉਹਦੇ ਪਿੱਛੇ ਕਾਰਨ ਕੀ ਸੀ? ਹੁਣ ਧਿਆਨ ਨਾਲ ਦੇਖਿਓ, ਇੱਥੇ ਉਹੀ ਸਬ ਕਲਾਸ 189 ਹੈ ਔਰ ਉਹੀ 489 ਹੈ। ਹੁਣ ਜੇ ਇੱਥੇ ਤੁਸੀਂ ਧਿਆਨ ਨਾਲ ਦੇਖੋਗੇ, ਜੁਲਾਈ ਵਿੱਚ ਨੀਅਰਲੀ 3050 ਇਨਵੀਟੇਸ਼ਨ ਰਿਲੀਜ਼ ਕੀਤੇ, ਮਾਰਚ ਵਿੱਚ 5151, ਇਹ ਤੁਸੀਂ ਇਕੱਲਾ ਇਕੱਲਾ ਇਨਵੀਟੇਸ਼ਨ ਨੰਬਰਸ ਦੇਖ ਸਕਦੇ ਹੋ ਕਿੰਨੇ ਇਨਵੀਟੇਸ਼ਨ ਇਹਨਾਂ ਨੇ ਰਿਲੀਜ਼ ਕੀਤੇ ਲਾਸਟ ਈਅਰ, ਜਿਹੜਾ ਕਰੰਟ ਲਾਸਟ ਈਅਰ ਜਿਹੜਾ ਫਾਈਨੈਂਸ਼ੀਅਲ ਈਅਰ ਸੀਗਾ, ਮੈਂ ਉਹਦੀ ਗੱਲ ਹੁਣ ਤੁਹਾਡੇ ਨਾਲ ਕਰ ਰਿਹਾ, ਕਿਉਂਕਿ ਆਪਾਂ ਦੋਨਾਂ ਨੂੰ ਕੰਪੇਅਰ ਕਰਨਾ, ਈਅਰ 16 and 17 ਅਤੇ ਈਅਰ 17 and 18, ਕਿਉਂਕਿ ਬਹੁਤ ਸਾਰੇ ਜਿਹੜੇ ਭੈਣ ਭਰਾ ਵਾ ਹਜੇ ਵੀ ਅਕਾਊਂਟਿੰਗ ਵਿੱਚ, IT ਵਿੱਚ ਪੈਸਾ ਲਾਈ ਜਾ ਰਹੇ ਨੇ ਇਸ ਉਮੀਦ ਵਿੱਚ ਕਿ ਸਾਨੂੰ ਅੱਗੇ ਸਕਸੈਸ ਮਿਲੇਗੀ, ਪਰ ਵਿਦਆਊਟ ਕੈਲਕੂਲੇਸ਼ਨਸ, ਵਿਦਆਊਟ ਨੰਬਰਸ, ਵਿਦਆਊਟ, ਜਦ ਤੱਕ ਤੁਸੀਂ ਆਪਣਾ ਹੋਮਵਰਕਸ ਨਹੀਂ ਕਰਦੇ ਤੁਹਾਨੂੰ ਇਮੋਸ਼ਨਲ ਹੋ ਕੇ PR ਨਹੀਂ ਮਿਲਣੀ। ਇਹ ਮਾਈਂਡ ਗੇਮ ਹੈ, ਇਟਸ ਲਾਈਕ ਏ ਸ਼ੇਅਰ ਮਾਰਕੀਟ। ਸੋ ਜੇ ਤੁਹਾਡੇ ਕੋਲ ਇਹ ਨੰਬਰਸ ਹੋਣਗੇ, ਤੁਹਾਡੇ ਸਾਹਮਣੇ ਹੋਣਗੇ, ਤੁਹਾਨੂੰ ਡਿਸੀਜ਼ਨ ਲੈਣ ਵਿੱਚ ਬਹੁਤ ਸੌਖ ਹੋਊਗੀ ਕਿ ਹਾਂ ਬਈ ਅਸੀਂ ਕਿਸ ਤਰੀਕੇ ਨਾਲ ਆਪਣਾ ਫਿਊਚਰ ਪਲਾਨ ਕਰਨਾ ਹੈ। ਮੈਂ ਹਮੇਸ਼ਾ ਗੱਲ ਕਹਿੰਦਾ ਹੁੰਦਾ ਵਾਂ ਕਿ ਸਟੱਡੀ 'ਚੋਂ ਓਕਿਊਪੇਸ਼ਨ ਨਿਕਲਦਾ, ਓਕਿਊਪੇਸ਼ਨ ਤੋਂ ਸਕਿੱਲ ਅਸੈਸਮੈਂਟ ਨਿਕਲਦੀ ਹੈ, ਅਤੇ ਜੇ ਤਿੰਨੋਂ ਚੀਜ਼ਾਂ ਸਿਆਣੇ ਤਰੀਕੇ ਨਾਲ ਵਧੀਆ ਪਲੈਨਿੰਗ ਨਾਲ ਕੀਤੀਆਂ ਹੋਣ ਤਾਂ ਉਹਦੇ 'ਚੋਂ ਜਿਹੜਾ ਆਪਣਾ ਸੁਪਨਾ ਜੇ ਤੁਹਾਡਾ ਹੈਗਾ ਜਾਂ ਕਿਸੇ ਦਾ ਹੁੰਦਾ ਹੈ PR ਦਾ, ਉਹ ਨਿਕਲ ਸਕਦਾ। ਪਰ ਜਦੋਂ ਆਪਾਂ ਇੰਡੀਆ ਤੋਂ ਆਉਂਦੇ ਹਾਂ ਅਤੇ ਆਪਣੀ ਜਿਹੜੀ ਉਸ ਟਾਈਮ ਨੌਲੇਜ ਹੁੰਦੀ ਹੈ ਉਹ ਕੁਛ ਹੋਰ ਹੁੰਦੀ ਹੈ, ਜਦ ਤੱਕ ਅਸੀਂ ਇੱਥੇ ਪਹੁੰਚਦੇ ਹਾਂ, ਘਰ ਬਾਰ ਲੱਭਦੇ ਹਾਂ, ਜੋਬ ਲੱਭਦੇ ਹਾਂ, ਗੱਡੀ ਲਾਈਨ 'ਤੇ ਲੈ ਕੇ ਆਉਂਦੇ ਹਾਂ, ਤਦ ਤੱਕ ਸਾਨੂੰ ਪਤਾ ਲੱਗਦਾ ਉਹ ਹੋ ਇਹ ਤਾਂ ਸਾਨੂੰ ਗਲਤ ਸਲਾਹ ਮਿਲੀ ਸੀਗੀ। ਸੋ ਮੈਂ ਹਮੇਸ਼ਾ ਕਹਿੰਦਾ ਹੁੰਦਾ ਵਾਂ ਕਿ ਜਿਹੜਾ ਇੱਕ ਤੁਹਾਡਾ ਸਲਾਹਕਾਰ ਹੈ ਉਹੀ ਤੁਹਾਨੂੰ ਇਸ ਕੰਟਰੀ ਵਿੱਚ ਬਚਾ ਸਕਦਾ, ਜੇ ਗਲਤ ਸਲਾਹ ਦੇਗਾ ਤਾਂ ਉਹੀ ਤੁਹਾਨੂੰ ਡੋਬ ਵੀ ਸਕਦਾ। ਸੋ ਇੱਥੇ ਜਿਹੜੀ ਗੱਲ ਸਮਝਣ ਵਾਲੀ ਹੈ, ਐਡਮਿਸ਼ਨ ਕੋਈ ਕਰਾਉਂਦਾ, PR ਦੀ ਸਲਾਹ ਕਿਸੇ ਹੋਰ ਕੋਲ ਜਾ ਕੇ ਲਈ ਜਾਂਦੀ ਹੈ, ਅਲੱਗ ਅਲੱਗ ਸਲਾਹਕਾਰਾਂ ਕੋਲ ਜਾ ਕੇ ਅਸੀਂ ਇਨਫੋਰਮੇਸ਼ਨ ਇਕੱਠੀ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਪਰ ਮੇਰੇ ਹਿਸਾਬ ਨਾਲ ਜਿਹੜਾ ਡਾਕਟਰ ਘੱਟ ਓਪਰੇਸ਼ਨ ਕਰਦਾ ਉਹਨੂੰ ਇਨਫੋਰਮੇਸ਼ਨ ਲਿਮਿਟਿਡ ਹੁੰਦੀ ਹੈ। ਇੱਥੇ ਮੈਨੂੰ ਗੱਲ ਯਾਦ ਆ ਗਈ, ਇੱਕ ਵਾਰੀ ਇੱਕ ਇਨਸਾਨ ਡਾਕਟਰ ਕੋਲ ਗਿਆ, ਉਹ ਡਾਕਟਰ ਨੂੰ ਕਹਿੰਦਾ ਕਿ ਜੀ ਮੈਨੂੰ ਆਹ ਪ੍ਰੋਬਲਮ ਹੈ, ਡਾਕਟਰ ਕਹਿੰਦਾ ਜੀ ਓਪਰੇਸ਼ਨ ਕਰਨਾ ਪਏਗਾ, ਉਹਨੇ ਉਹਨੂੰ ਲੰਮਾ ਪਾਇਆ, ਉਹ ਜਦੋਂ ਓਪਰੇਸ਼ਨ ਕਰਨ ਲੱਗਾ ਸੀਗਾ ਉਹਦਾ ਅਤੇ ਜਿਹੜਾ ਮਰੀਜ਼ ਸੀਗਾ ਉਹ ਕੰਬਣ ਲੱਗ ਪਿਆ, ਡਾਕਟਰ ਕਹਿੰਦਾ ਭਾਈ ਕਿਉਂ ਕੰਬਦਾ ਪਿਆ? ਉਹ ਕਹਿੰਦਾ ਡਾਕਟਰ ਸਾਹਿਬ ਮੈਂ ਜ਼ਿੰਦਗੀ 'ਚ ਕਦੀ ਓਪਰੇਸ਼ਨ ਨਹੀਂ ਕਰਾਇਆ, ਮੇਰਾ ਪਹਿਲਾ ਓਪਰੇਸ਼ਨ ਹੈ। ਡਾਕਟਰ ਕਹਿੰਦਾ ਕੰਬਣ ਦੀ ਕੋਈ ਲੋੜ ਨਹੀਂ ਹੈਗੀ, ਮੇਰਾ ਵੀ ਪਹਿਲਾ ਓਪਰੇਸ਼ਨ ਹੈ। ਸੋ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਉਹ ਸਲਾਹਕਾਰ ਜਿਹੜਾ ਹਜੇ ਨਵਾਂ ਨਵਾਂ ਰਜਿਸਟਰਡ ਹੋਇਆ ਜਾਂ ਜਿਹਨੂੰ ਜ਼ਿਆਦਾ ਐਕਸਪੀਰੀਅੰਸ ਨਹੀਂ ਹੈ, ਕੀ ਉਹ ਡਾਕਟਰ ਤਾਂ ਨਹੀਂ ਹੈਗਾ ਜਿਹਦਾ ਕਿਤੇ ਤੁਸੀਂ ਪਹਿਲਾ ਓਪਰੇਸ਼ਨ ਤੁਹਾਡੇ 'ਤੇ ਕਰ ਰਿਹਾ ਹੋਵੇ? ਸੋ ਇਹ ਮੈਂ ਤੁਹਾਡੇ 'ਤੇ ਛੱਡਦਾ ਕਿ ਤੁਸੀਂ ਸਲਾਹਕਾਰ ਦੀ ਕਿੱਦਾਂ ਜਾਣਕਾਰੀ ਇਕੱਠੀ ਕਰਨੀ ਹੈ, ਸਿਰਫ ਐਡ ਦੇਖ ਕੇ ਜਾਂ ਫੇਸਬੁੱਕ 'ਤੇ ਜਾ ਕੇ ਜਾਂ ਵਾਕਈ ਹੀ ਜਿਹੜਾ ਤਾਂ ਮਾਈਗ੍ਰੇਸ਼ਨ ਨੰਬਰ ਹੈ ਉਹਨੂੰ
ਦੇਖ ਕੇ ਕਿ ਉਹ ਕਿਸ ਸਾਲ ਰਜਿਸਟਰਡ ਹੋਇਆ, ਕੀ ਉਹਦੇ ਕੋਲ 5-10-12 ਸਾਲ ਦਾ 15 ਸਾਲ ਦਾ ਐਕਸਪੀਰੀਅੰਸ ਹੈਗਾ ਕਿ ਕਿਤੇ ਮੈਂ ਉਹ ਮਰੀਜ਼ ਤਾਂ ਨਹੀਂ ਬਣਨ ਲੱਗਾ ਜਿਹਦਾ ਪਹਿਲਾ ਓਪਰੇਸ਼ਨ ਹੈ ਅਤੇ ਡਾਕਟਰ ਦਾ ਵੀ ਪਹਿਲਾ ਓਪਰੇਸ਼ਨ ਹੈ। ਸੋ ਤੁਸੀਂ ਸਿਆਣੇ ਹੋ, ਇੱਥੋਂ ਤੁਸੀਂ ਆਪਣੇ ਹਿਸਾਬ ਨਾਲ ਆਪਣੀ ਜਾਣਕਾਰੀ ਲੈ ਸਕਦੇ ਹੋ। ਸੋ ਹੁਣ ਤੁਸੀਂ ਕੰਪੇਅਰ ਕਰੋ ਕਿ 17-18 ਵਿੱਚ ਸਿਰਫ 600-600 ਨੰਬਰ ਆਫ ਸੀਟਸ ਜਿਹੜੀਆਂ ਰਿਲੀਜ਼ ਹੋ ਰਹੀਆਂ ਨੇ, ਐਜ਼ ਕੰਪੇਅਰ ਟੂ ਲਾਸਟ ਈਅਰ ਇਹ ਸੀਟਸ ਕਾਫੀ ਜ਼ਿਆਦਾ ਸੀਗੀਆਂ ਐਜ਼ ਕੰਪੇਅਰ ਟੂ ਦਿਸ ਈਅਰ। ਸੋ ਲਾਸਟ ਈਅਰ ਜੇ ਤੁਸੀਂ ਧਿਆਨ ਨਾਲ ਫਿਗਰ ਦੇਖੋ, 30,524 ਲੋਕਾਂ ਨੂੰ 189 ਦੀ ਇਨਵੀਟੇਸ਼ਨ ਆਏ। ਇਹ ਦੇਖੋ ਤੁਸੀਂ ਧਿਆਨ ਨਾਲ ਫਿਗਰ ਇੱਥੇ। ਸੋ ਲਾਸਟ ਈਅਰ ਸਿਰਫ 15,000 ਲੋਕਾਂ ਨੂੰ, ਕਿਉਂਕਿ ਫਾਈਨੈਂਸ਼ੀਅਲ ਖਤਮ ਹੋਣ ਵਾਲਾ, ਸਿਰਫ ਜੂਨ ਦਾ ਮਹੀਨਾ ਰਹਿ ਗਿਆ ਜਿਹੜਾ ਚੱਲਦਾ ਪਿਆ, ਸਿਰਫ 23 ਮਈ 2018 ਤੱਕ ਸਿਰਫ 15,000 ਲੋਕਾਂ ਨੂੰ ਇਨਵੀਟੇਸ਼ਨ ਆਇਆ। ਸੋ ਤੁਸੀਂ ਕੰਪੇਅਰ ਕਰ ਸਕਦੇ ਹੋ ਨੀਅਰਲੀ ਹਾਫ, ਉਹ 15,000 ਸੀਟਾਂ ਕਿੱਥੇ ਗਈਆਂ। ਆਪਾਂ ਅਗਲੀ ਸਲਾਈਡ 'ਚ ਉਹਦੇ ਬਾਰੇ ਗੱਲ ਕਰਾਂਗੇ। ਸੋ ਆਓ ਗੱਲ ਕਰੀਏ। ਹੁਣ ਇੱਥੇ ਇੱਕ ਸਮਝਣ ਵਾਲੀ ਗੱਲ ਹੈ, ਸਕਿਲਡ ਇੰਡੀਪੈਂਡੈਂਟ ਸਬ ਕਲਾਸ 189 ਨਿਊਜ਼ੀਲੈਂਡ ਸਟਰੀਮ, ਇਹਨਾਂ ਨੇ ਇੱਕ ਨਵੇਂ ਸਟਰੀਮ ਤੁਹਾਡੇ ਨਾਲ ਜੋੜਤੇ। ਕਹਿਣ ਦਾ ਭਾਵ ਕੀ ਹੈਗਾ ਕਿ ਤੁਸੀਂ ਇਸ ਕੈਟਾਗਰੀ ਵਿੱਚ ਪੀ ਆਰ ਪਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਬਟ ਉਹਨਾਂ ਨੇ ਕੀ ਕਿਹਾ ਕਿ ਜਿਹੜੇ ਨਿਊਜ਼ੀਲੈਂਡ ਦੇ ਸਿਟੀਜ਼ਨ ਆਸਟ੍ਰੇਲੀਆ ਵਿੱਚ ਰਹਿ ਰਹੇ ਨੇ ਉਹ ਵੀ ਹੁਣ ਇਸ ਕੈਟਾਗਰੀ ਦੇ ਅੰਦਰ ਪੀ ਆਰ ਪਾ ਸਕਦੇ ਨੇ। ਸੋ ਇੱਥੇ ਕੀ ਹੋਇਆ, ਜਿਹੜੇ ਨਿਊਜ਼ੀਲੈਂਡ ਦੇ ਸਿਟੀਜ਼ਨ ਹੈਗੇ ਨੇ ਉਹਨਾਂ ਨੇ ਐਪਲੀਕੇਸ਼ਨਾਂ ਪੀ ਆਰ ਦੀਆਂ ਪਾਣੀਆਂ ਸ਼ੁਰੂ ਕਰ ਦਿੱਤੀਆਂ। ਔਰ ਜਿਹੜੀ ਚੀਜ਼ ਸਮਝਣ ਵਾਲੀ ਇੱਥੇ, ਜਿੱਥੇ ਕਿ 189 ਵਿੱਚ ਇੰਟਰਨੈਸ਼ਨਲ ਸਟੂਡੈਂਟਸ ਪਲੱਸ ਜਿਹੜੇ ਇੰਡੀਆ ਤੋਂ ਜਾਂ ਹੋਰ ਕੰਟਰੀਜ਼ ਤੋਂ ਪੀ ਆਰ 189 ਦੇ ਥੱਲੇ ਪਾ ਰਹੇ ਸੀਗੇ, ਉਹਨਾਂ ਦੀਆਂ ਸੀਟਾਂ ਉਹਨਾਂ ਨੇ ਖੋ ਕੇ ਨਿਊਜ਼ੀਲੈਂਡ ਸਿਟੀਜ਼ਨਸ ਨੂੰ ਦੇਣੀਆਂ ਸ਼ੁਰੂ ਕਰ ਦਿੱਤੀਆਂ। ਸੋ ਹੁਣ ਇੱਕ ਸੀਟ 'ਤੇ ਦੋ ਬੰਦੇ ਬੈਠੇ ਆ, ਉਹ ਸੀਟ 'ਤੇ ਇੱਕ ਜਣੇ ਨੂੰ ਮਿਲਣੀ ਆ, ਜਾਂ ਤੁਹਾਨੂੰ ਅਤੇ ਜਾਂ ਨਿਊਜ਼ੀਲੈਂਡ ਸਿਟੀਜ਼ਨ ਨੂੰ। ਸੋ ਉਹਨਾਂ ਦੀਆਂ ਕੰਡੀਸ਼ਨਾਂ ਬਹੁਤ ਸੌਖੀਆਂ ਨੇ ਐਜ਼ ਕੰਪੇਅਰ ਟੂ ਤੁਹਾਡੇ ਮੁਕਾਬਲੇ। ਸੋ ਕੀ ਹੋਇਆ, ਤੁਹਾਡੀਆਂ ਸੀਟਸ ਨਿਊਜ਼ੀਲੈਂਡ ਸਿਟੀਜ਼ਨ ਨੂੰ ਚਲੀਆਂ ਗਈਆਂ। ਹੁਣ ਕੀ ਹੋਇਆ ਜੀ ਅੱਗੇ, ਕਿ ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਸਕਿਲਡ ਇੰਡੀਪੈਂਡੈਂਟ, ਆਹ ਤੁਹਾਡੇ ਸਾਹਮਣੇ ਡਾਟਾ 17-18 ਜਿਹੜਾ ਕਰੰਟ ਈਅਰ ਚੱਲਦਾ ਪਿਆ, ਉਹਨਾਂ ਨੇ ਕਿਹਾ ਸੀ ਆਹ ਸਕਿਲਡ ਇੰਡੀਪੈਂਡੈਂਟ ਹੈ ਜਿਹਨੂੰ ਕਿ ਆਪਾਂ ਸਬ ਕਲਾਸ 189 ਦੇ ਥੱਲੇ ਲੈ ਸਕਦੇ ਹਾਂ। ਉਹਨਾਂ ਨੇ ਕੀ ਕਿਹਾ ਸੀਗਾ ਕਿ ਅਸੀਂ 43990 ਲੋਕ ਪੱਕੇ ਕਰਾਂਗੇ ਇਸ ਕੈਟਾਗਰੀ ਵਿੱਚ। ਲਾਸਟ ਈਅਰ ਵੀ ਸੇਮ ਹੀ ਸੀਗਾ। ਹੁਣ 43990 ਲੋਕ ਉਹਨਾਂ ਨੇ ਪੀ ਆਰ ਕਰਨੇ ਸੀਗੇ, ਬਟ ਕਿਉਂਕਿ 189 ਨਿਊਜ਼ੀਲੈਂਡ ਸਿਟੀਜ਼ਨ ਵਾਲੇ ਜਿਹੜੇ ਨਿਊਜ਼ੀਲੈਂਡ ਸਿਟੀਜ਼ਨ ਸੀਗੇ ਉਹਨਾਂ ਨੂੰ ਉਹਨਾਂ ਨੇ ਇਸ ਕੈਟੇਗਰੀ ਵਿੱਚ ਪਾ ਦਿੱਤਾ, ਅਤੇ ਤੁਹਾਡੀਆਂ 43990 ਚੋਂ ਸੀਟਾਂ ਸਾਰੀਆਂ ਕਾਫੀ ਉੱਧਰ ਚਲੀਆਂ ਗਈਆਂ। ਅਤੇ ਉਹਦੇ ਕਰਕੇ ਕੀ ਹੋਇਆ ਜੀ, ਜਿਹੜੀ ਚੀਜ਼ ਸਮਝਣ ਵਾਲੀ ਹੈ, ਜਿਹੜੀ ਇਨਵੀਟੇਸ਼ਨ ਸੀ ਤੁਹਾਨੂੰ ਆਉਣੇ ਘੱਟ ਗਏ। ਹੁਣ ਦੇਖੋ, ਫਿਰ ਧਿਆਨ ਦਿਓ ਦੁਬਾਰਾ, ਹੁਣ ਮਈ ਵਿੱਚ 600, ਅਪ੍ਰੈਲ 'ਚ 600, ਮਾਰਚ ਵਿੱਚ 600, ਫੈਬਰੀ 'ਚ 600, ਇਹ 600 ਜਿਹੜੀਆਂ ਇਨਵੀਟੇਸ਼ਨਸ ਜਿਹੜੇ ਆ ਰਹੇ ਆ ਨੰਬਰਸ, ਇਹ ਕਿਉਂ ਘਟੇ? ਕਿਉਂਕਿ ਇਹ ਸੀਟਸ ਚੱਕ ਕੇ ਉਹਨਾਂ ਨੇ ਦੇ ਦਿੱਤੀਆਂ ਜੀ ਇਹਨਾਂ ਨੂੰ, ਜੋ ਤੁਹਾਨੂੰ ਸਕਰੀਨ 'ਤੇ ਨਜ਼ਰ ਆ ਰਿਹਾ, ਨਿਊਜ਼ੀਲੈਂਡ ਜਿਹੜੇ ਸਿਟੀਜ਼ਨ ਜਿਹੜੇ ਆਸਟ੍ਰੇਲੀਆ ਵਿੱਚ ਰਹਿ ਰਹੇ ਨੇ। ਸੋ ਤੁਸੀਂ ਮਿਹਨਤ ਕਰਨ ਲੱਗੇ ਹੋ ਕਿ ਸਾਨੂੰ ਵੀ ਇਨਵੀਟੇਸ਼ਨ ਆਏਗਾ, ਅਸੀਂ ਵੀ ਪੀ ਆਰ ਹੋਵਾਂਗੇ। ਹੁਣ ਜਿਹੜੀ ਗੱਲ ਸਮਝਣ ਵਾਲੀ ਹੈ ਉਹ ਇਹ ਹੈਗੀ ਆ, ਕੰਕਲੂਜਨ ਜਿਹੜਾ ਆਪਾਂ ਕੱਢ ਰਹੇ ਹਾਂ ਕਿ 17-18 ਜੋ ਕਰੰਟ ਫਾਈਨੈਂਸ਼ੀਅਲ ਈਅਰ ਸੀਗਾ, ਉਹਦੇ 'ਚ ਜਿਹੜੀਆਂ ਟੋਟਲ ਨੰਬਰ ਆਫ ਸੀਟਸ ਸੀਗੀਆਂ ਸਕਿਲਡ ਇੰਡੀਪੈਂਡੈਂਟ ਮਾਈਗ੍ਰੇਸ਼ਨ ਦੇ ਅੰਦਰ, ਕੈਟਾਗਰੀ ਦੇ ਅੰਦਰ, ਉਹ ਸੀਗੀਆਂ 43990, ਬਟ ਇਨਵੀਟੇਸ਼ਨ ਕਿੰਨੇ ਹਜੇ ਤੱਕ ਇਸ਼ੂ ਹੋਏ? ਸਿਰਫ 15686 ਅਪਰੋਕਸੀਮੇਟਲੀ ਹੋਏ ਆ। ਅਤੇ ਬਾਕੀ ਸੀਟਸ ਕਿੱਥੇ ਗਈਆਂ? ਇੱਥੇ ਤੁਹਾਡੇ ਮਨ 'ਚ ਕੁਸ਼ਚਨ ਆਇਆ ਹੋਊਗਾ, ਵਟ ਹੈਪਨ ਟੂ ਦ ਰਿਮੇਨਿੰਗ 28304 ਸੀਟਸ? ਹੁਣ ਇਹ ਕੀ ਐਲੋਕੇਟ ਕਰ ਦਿੱਤੀਆਂ ਨਿਊਜ਼ੀਲੈਂਡ ਸਿਟੀਜ਼ਨ ਨੂੰ ਜਿਹੜੇ ਐਪਲੀਕੈਂਟ ਹੈਗੇ ਆ, ਜਾਂ ਫਿਰ ਉਹ ਸੀਟਸ ਭਰੀਆਂ ਹੀ ਨਹੀਂ ਗਈਆਂ, ਉਹ ਸਿਰਫ ਦਿਖਾਵਾ ਹੀ ਆ? ਜਿੱਦਾਂ ਕਿ ਦੁਕਾਨ ਦੇ ਬਾਹਰ ਬੋਰਡ ਲੱਗਾ ਕਿ ਫੋਰ ਸੇਲ, ਪਰ ਜਦੋਂ ਤੁਸੀਂ ਸ਼ੋਪ ਦੇ ਅੰਦਰ ਜਾਂਦੇ ਹੋ ਉਹ ਕਹਿੰਦੇ ਆ ਕਿ ਸਾਡੇ ਕੋਲ ਪ੍ਰੋਡਕਟ ਜਿਹੜਾ ਅਸੀਂ ਹਜੇ ਵੇਚ ਨਹੀਂ ਰਹੇ। ਉਹ ਦੁਕਾਨਦਾਰ ਦੀ, ਸ਼ੋਪਕੀਪਰ ਦੀ ਮਰਜ਼ੀ ਆ ਉਹ ਵੇਚੇ ਕਿ ਨਾ ਵੇਚੇ। ਸੋ
ਇੱਥੇ ਜਿਹੜੀ ਗੱਲ ਸਮਝਣ ਵਾਲੀ ਹੈ ਕਿ ਲਾਸਟ ਈਅਰ ਦੇ ਮੁਕਾਬਲੇ ਇਸ ਸਾਲ ਸੀਟਸ ਘਟਾਈਆਂ ਗਈਆਂ, ਨਿਊਜ਼ੀਲੈਂਡ ਸਿਟੀਜ਼ਨ ਨੂੰ ਜ਼ਿਆਦਾ ਸੀਟਸ ਦਿੱਤੀਆਂ ਜਾ ਰਹੀਆਂ ਵਾ, ਤੁਹਾਨੂੰ ਸੀਟਸ ਨਾ ਮਿਲਣ ਕਰਕੇ ਜਿਹੜਾ ਪੁਆਇੰਟ ਟੈਸਟ ਸੀਗਾ ਇਹ ਉੱਪਰ ਚਲਾ ਗਿਆ। ਆ ਤੁਹਾਡੇ ਸਾਹਮਣੇ ਆ 80, 80, 75। ਹੁਣ ਬਹੁਤ ਸਾਰੇ ਸਾਡੇ ਭੈਣ ਭਰਾ ਸੋਚ ਰਹੇ ਨੇ ਕਿ ਜੇ 189 ਨੂੰ ਪ੍ਰੋਬਲਮ ਆਈ ਹੈ ਤਾਂ ਆਪਾਂ ਕਿਉਂ ਨਾ ਸਟੇਟਸ ਵਿੱਚ ਚਲੇ ਜਾਈਏ। ਹੁਣ ਇਹ ਵੀ ਕੁਐਸਚਨ ਜਿਹੜਾ ਹੈ ਬੜਾ ਧਿਆਨ ਦੇਣ ਵਾਲਾ ਹੈ, ਅਸੀਂ ਅਗਲੀ ਵੀਡੀਓ ਵਿੱਚ ਇਹਦੇ 'ਤੇ ਡਿਟੇਲ ਗੱਲ ਕਰਾਂਗੇ। ਪਰ ਹਾਂ, ਤੁਹਾਨੂੰ ਥੋੜ੍ਹਾ ਜਿਹਾ ਸਮਝਾ ਦਈਏ ਕਿ ਜਿਹੜੇ ਭੈਣ ਭਰਾ ਕੈਨਬਰਾ ਜਾ ਰਹੇ ਨੇ ਹਜੇ ਤੱਕ ਸਿਰਫ ਹਜੇ ਉੱਥੇ ਜਿਹੜਾ ਨੀਅਰਲੀ ਹੁਣ 15 ਕੁ ਦਿਨ ਰਹਿ ਗਿਆ ਫਾਈਨੈਂਸ਼ੀਅਲ ਖਤਮ ਹੋਣ ਵਿੱਚ, ਹਜੇ ਤੱਕ ਸਿਰਫ ਉੱਥੇ 719 ਲੋਕਾਂ ਨੂੰ 1890 ਇਨਵੀਟੇਸ਼ਨ ਆਇਆ। ਅਤੇ ਜੇ ਉੱਥੇ 5,000 ਜਾਂ 4,000 ਜਾਂ 3,000 ਬੱਚਾ ਪਹੁੰਚ ਚੁੱਕਿਆ ਤਾਂ ਇਸ ਧਿਆਨ ਰੱਖਿਓ ਕਿਤੇ ਤੁਹਾਡਾ ਉਹੀ ਨਾ ਹੋਵੇ ਜੋ ਤੁਹਾਨੂੰ ਤੁਸੀਂ ਪਹਿਲਾਂ IT ਜਾਂ ਅਕਾਊਂਟਿੰਗ ਵਿੱਚ ਵਿਦਆਊਟ ਹੋਮਵਰਕ ਕੀਤਿਆਂ ਐਡਮਿਸ਼ਨ ਲਈ ਪੜ੍ਹਾਈ ਕੀਤੀ ਅਤੇ ਆਪਣਾ ਸਲਾਹਕਾਰਾਂ ਦੇ ਕਹਿਣ ਦੇ ਉੱਪਰ ਤੁਸੀਂ ਪ੍ਰੋਫੈਸ਼ਨਲ ਈਅਰ 'ਤੇ ਜ਼ੋਰ ਲਾਇਆ, PT 'ਤੇ ਜ਼ੋਰ ਲਾਇਆ, ਔਰ ਆਖਰੀ ਤੁਹਾਨੂੰ ਮਿਲਿਆ ਕੀ। ਸੋ ਪਲੀਜ਼ ਇਹ ਨੰਬਰਸ ਨੂੰ ਬੜੇ ਧਿਆਨ ਨਾਲ ਦੇਖੋ। ਅਸੀਂ ਤੁਹਾਨੂੰ ਗਿਆਨ ਦਾ ਲੰਗਰ ਲਾ ਕੇ ਤੁਹਾਡੀ ਸੇਵਾ ਕਰਨਾ ਚਾਹੁੰਦੇ ਹਾਂ। ਜਦੋਂ ਤੁਹਾਡੇ ਕੋਲ ਇਹ ਡਾਟਾ ਹੋਏਗਾ ਤੁਸੀਂ ਆਪਣਾ ਫਿਊਚਰ ਪਲੈਨ ਕਰ ਸਕਦੇ ਹੋ, ਕਿਉਂਕਿ ਹਾਲ ਦੀ ਘੜੀ ਬਹੁਤ ਲੋਕ ਪਰੇਸ਼ਾਨ ਨੇ। ਕਿਉਂਕਿ ਇੱਕ ਜਦੋਂ ਮੇਰੇ ਆਫਿਸ ਵਿੱਚ ਲੋਕ ਆਉਂਦੇ ਨੇ ਜਿਨ੍ਹਾਂ ਨੇ ਮਾਸਟਰਸ ਡਿਗਰੀ ਕੀਤੀ ਆ ਅਕਾਊਂਟਿੰਗ ਦੀ ਜਾਂ ਫਿਰ IT ਦੀ ਕੀਤੀ ਆ ਜਾਂ MBA, ਉਹ ਵਿਚਾਰੇ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰਦੇ ਨੇ। ਉਹ ਵਿਚਾਰੇ ਪੁੱਛਦੇ ਨੇ ਸਰ ਸਾਡਾ ਕੀ ਬਣੇਗਾ। ਅਤੇ ਅਸੀਂ ਦਿਲ 'ਚ ਮੈਂ ਕਹਿੰਦਾ ਹੁੰਦਾ ਕਿ ਪੜ੍ਹੇ ਲਿਖੇ ਲੋਕਾਂ ਦੀ ਬੇਕਦਰੀ ਹੋ ਰਹੀ ਹੈ, ਔਰ ਜਿਨ੍ਹਾਂ ਨੇ ਮੋਟਰ ਮਕੈਨਿਕ, ਸ਼ੈਫ ਜਾਂ ਹੋਰ ਟ੍ਰੇਡ ਕੋਰਸ ਕੀਤੇ ਨੇ ਉਹਨਾਂ ਨੂੰ ਬੜੇ ਆਰਾਮ ਨਾਲ PR ਮਿਲ ਰਹੀ ਹੈ। ਸੋ ਬੀ ਸਮਾਰਟ ਪਲੀਜ਼। ਸੋ ਇੱਥੇ ਧਿਆਨ ਨਾਲ ਦੇਖਿਓ, ਕੈਨਬਰਾ ਵਿੱਚ ਜਿਹਨੂੰ ਆਪਾਂ ACT ਕਹਿੰਦੇ ਹਾਂ, ਸਿਰਫ ਹਜੇ ਤੱਕ 719 ਇਨਵੀਟੇਸ਼ਨ ਇਸ਼ੂ ਕੀਤੇ ਨੇ, ਔਰ 489 ਉੱਥੇ ਨਹੀਂ ਹੈਗੀ ਜਿਹਨੂੰ ਆਪਾਂ ਪ੍ਰੋਵੀਜ਼ਨਲ PR ਕਹਿੰਦੇ ਹਾਂ। ਇਹਦੇ ਨਾਲ ਨਾਲ ਤਸਮੇਨੀਆ ਕਾਫੀ ਸਾਡੇ ਭੈਣ ਭਰਾ ਜਾ ਰਹੇ ਨੇ, ਗਏ ਵੀ ਆ, ਉੱਥੇ 190 ਦੇ ਸਿਰਫ ਹਜੇ ਤੱਕ 593 ਇਨਵੀਟੇਸ਼ਨ ਉਹਨਾਂ ਨੇ ਦਿੱਤੇ ਨੇ ਅਤੇ 489 ਦੇ 495 ਇਨਵੀਟੇਸ਼ਨ ਉਹਨਾਂ ਨੇ ਦਿੱਤੇ ਨੇ ਹਜੇ ਤੱਕ। ਸੋ ਜੇ ਤੁਸੀਂ ਕੈਲਕੂਲੇਸ਼ਨ ਕਰੋ ਕੈਲਕੂਲੇਟਰ ਲੈ ਕੇ, ਅਤੇ ਇਹ ਦੋਨਾਂ ਨੂੰ ਜੇ ਤੁਸੀਂ ਪਲੱਸ ਕਰਦੇ ਹੋ ਤਾਂ ਜਿਹੜਾ ਤੁਹਾਡੇ ਸਾਹਮਣੇ ਨੰਬਰ ਆਉਂਦਾ ਹੈ ਉਹ ਆਉਂਦਾ ਹੈ ਜੀ 1088। ਸੋ ਤਸਮੇਨੀਆ ਵਿੱਚ ਹਜੇ ਤੱਕ 190 ਪਲੱਸ 489 ਦੇ ਟੋਟਲ ਜਿਹੜੇ ਲੋਕ PR ਹੋਏ ਨੇ ਉਹ ਹੋਏ ਨੇ 1088। ਕੈਨਬਰਾ ਵਿੱਚ ਸਿਰਫ 719, ਨਿਊ ਸਾਊਥ ਵੇਲ, ਨੌਰਦਰਨ ਟੈਰੀਟਰੀ, ਕੁਈਨਸਲੈਂਡ, ਸਾਊਥ ਆਸਟ੍ਰੇਲੀਆ ਜਿਹਨੂੰ ਆਪਾਂ ਐਡਲੇਡ ਕਹਿੰਦੇ ਹਾਂ, ਤਸਮੇਨੀਆ, ਵਿਕਟੋਰੀਆ, ਵੈਸਟਰਨ ਆਸਟ੍ਰੇਲੀਆ 'ਚ ਕੋਈ ਨਹੀਂ ਹੋਇਆ। ਸੋ ਇਹ ਸਾਰੀਆਂ ਫਿਗਰਸ ਜਿਹੜੀਆਂ ਨੇ ਇਹਨਾਂ ਨੂੰ ਪਲੀਜ਼ ਆਪਣੀ ਕਾਪੀ 'ਤੇ ਲਿਖੋ, ਕੈਲਕੂਲੇਟਰ ਚੱਕੋ ਅਤੇ ਦੇਖੋ ਕਿ ਕਿੰਨੇ ਐਪਲੀਕੈਂਟ ਉੱਥੇ ਪਹੁੰਚ ਚੁੱਕੇ ਨੇ, ਕਿੰਨੇ ਐਪਲੀਕੈਂਟਸ ਨੂੰ ਇਨਵੀਟੇਸ਼ਨ ਮਿਲੇਗਾ। ਕਿਉਂਕਿ ਜੇ ਤੁਸੀਂ ਇਹ ਸੋਚਦੇ ਹੋ ਕਿ ਸਟੇਟ ਚੇਂਜ ਕਰਨ ਤੋਂ ਬਾਅਦ ਸਾਡੇ ਦੁੱਖ ਸੁੱਖਾਂ 'ਚ ਬਦਲੀ ਹੋ ਜਾਣਗੇ, ਪਲੀਜ਼ ਧਿਆਨ ਦਿਓ। ਕਿਉਂਕਿ ਕੈਨਬਰਾ ਕਿੰਨੇ ਇਨਵੀਟੇਸ਼ਨ ਇਸ਼ੂ ਕਰ ਦੂਗਾ ਸਾਲ ਦੇ, ਜੇ ਇਸ ਸਾਲ 719 ਕੀਤੇ ਆ, ਮੇ ਬੀ ਨੈਕਸਟ ਈਅਰ 1000, ਮੇ ਬੀ 1200-1300। ਪਰ ਜੇ ਉੱਥੇ ਬੱਚਾ ਹੀ 3000, 2500, 4000 ਪਹੁੰਚ ਗਿਆ ਤਾਂ ਬਾਕੀਆਂ ਦਾ ਕੀ ਹੋਏਗਾ। ਸੋ ਪਲੀਜ਼ ਆਪਣਾ ਹੋਮਵਰਕ ਕਰਿਓ। ਸੋ ਇਹ ਪਿਕਚਰ ਮੈਂ ਤੁਹਾਡੇ ਸਾਹਮਣੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਿ ਤੁਹਾਨੂੰ ਸਮਝ ਲੱਗ ਸਕੇ ਕਿ ਜਿਹੜਾ ਸਬ ਕਲਾਸ 189 ਹੈ ਉਹਦੇ ਵਿੱਚ ਇਨਵੀਟੇਸ਼ਨ ਕਿਉਂ ਨਹੀਂ ਆ ਰਹੇ, ਸਟੇਟ ਮੂਵ ਕਰਾਂਗੇ ਅਤੇ ਕੀ ਮਿਲੇਗਾ। ਅਤੇ ਇੱਕ ਐਕਸਪੀਰੀਅੰਸਡ ਮਾਈਗ੍ਰੇਸ਼ਨ ਏਜੰਟ ਦੀ ਸਲਾਹ ਵਿੱਚ ਜਾਂ ਉਹਦੀ ਸਲਾਹ ਤੁਹਾਡੀ ਜ਼ਿੰਦਗੀ ਕਿੱਦਾਂ ਚੇਂਜ ਕਰ ਸਕਦੀ ਹੈ, ਉਹਦਾ ਕੀ ਫਾਇਦਾ, ਇਹ ਮੈਂ ਥੋੜ੍ਹਾ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਉਮੀਦ ਹੈ ਦਿੱਤੀ ਹੋਈ ਜਾਣਕਾਰੀ ਤੁਹਾਡੇ ਕੰਮ ਆਏਗੀ। ਇਹੀ ਕਹਿੰਦਾ ਹੋਇਆ ਤੁਹਾਡੇ ਮੈਂ ਟਾਈਮ ਦਾ ਬਹੁਤ ਧੰਨਵਾਦੀ ਹਾਂ ਜੀ। ਸਤਿ ਸ਼੍ਰੀ ਅਕਾਲ।